ਜੀ ਮੈਂ ਸਾਹਿਬ ਤੁਸੀਂ ਅਮਰੀਕਾ ਬੈ ਕੇ ਸਾਸਨਾ ਕਰਦੇ ਰਹਿੰਦੇ ਹੋ ਇਹ ਫੇਰ ਜਿਸ ਤਰ੍ਹਾਂ ਲੱਗਣਾ ਆਪਣੇ ਆਪਾਂ ਨੂੰ ਤਾਂ ਫੇਰ ਪਤਾ ਲੱਗਦਾ ਵਾ ਮੈਂ ਵੀ ਜਨਾਬ ਅਗਿਆ ਉਹਨਾਂ ਵਿੱਚ ਲੱਗੇ ਸਾਂ ਤਾਂ ਇੱਕ ਬੰਦਾ ਦੋਸਤ ਹੈ ਉਹ ਆਦਾ ਜਨਾਬ ਜੇ ਤੁਹਾਨੂੰ ਘਟ ਛੋੜਨ ਨੀ ਤੁਝਾ ਤੁਹਾਨੂੰ ਇਹ ਆਖਣਾ ਉਹ ਮੈਂ ਕਿਹਾ ਤੁਹਾਡੀ ਫੂਫੀ ਦੇ ਪੁੱਤਰ ਨਹੀਂ ਜਿੰਨਾ ਤੁਹਾਨੂੰ ਇੱਥੇ ਰੱਖਿਆ ਹੈ ਜਿਹੜੇ ਜਿੰਨੇ ਵੀ ਇਹਨਾਂ ਦੇ ਕੰਮ ਹਨ ਉਹ ਜਿਹੜੇ ਜੋ ਕੰਮ ਅਸੀਂ ਕਰਨ ਲੱਗੇ ਆ ਨਾ ਉਹ ਇਹ ਕਰਦੇ ਨੇ ਤੋ ਫਿਰ ਦੋ ਸਿੱਖ ਨੇ ਵੀ ਮਿਸਾਲ ਦਿੱਤੀ ਉਹਨੇ ਉਹ ਕੈਪ ਕਰਦਾ ਉਹਨੇ ਕਿਹਾ ਵੀ ਮੈਂ ਇੱਕ ਵਾਰੀ ਪਤਾ ਨਹੀਂ ਸਾਰੀ ਟਾਈਮ ਕਿਸੇ ਨੂੰ ਲੈਣ ਪਿਆ ਜਾਂ ਤੋ ਉਸ ਪੀਜ਼ਾ ਪਗੜਿਆ ਤੋ ਅਸੀਂ ਰੈਸਿਸ ਕਿਸਮ ਦਾ ਤੋ 버ਗਰ ਪਿਆ ਖਾਇ ਤੇ ਉਹ ਜਿਸ ਤਰ੍ਹਾਂ ਮੇਰੇ ਤਾਂ ਸ਼ੁਰੂ ਹੋਇਆ ਨਾ ਤੋ ਮੈਂ ਕਿਹਾ ਵੀ ਜਿਹੜਾ ਮੈਂ ਪੈ ਤੈਨੂੰ ਛੋੜਨ ਜਾਣਾ ਨਾ ਇਹ ਜਿਹੜਾ 20 ਮੀਲ ਜਾਣਾ ਨਾ ਇਹ ਤੂੰ ਕਦੇ ਵੀ ਇੱਥੇ ਪਬ ਨਾ ਆਵੇਂ আর ਜੇ ਮੈਂ ਨਾ ਆਵਾਂ ਤੇ ਜਿਹੜਾ ਇਤੂ ਬਰਗਰ ਖਾਣਾ ਹੈ ਜਾਂ ਪੀਜ਼ਾ ਇਹ ਮੇਰੀ ਸ਼ਾਪ ਤੋਂ ਲਿਆ ਤੂੰ ਯਾਨੀ ਕਿ ਜਿਹੜੇ ਸਾਡੇ ਕਮਿਊਨਿਟੀ ਵਿੱਚ ਸੀ ਮੁਸਲਮਾਨ ਇੱਕ ਜੇ ਗਿਣਦੇ ਨੇ ਸਾਨੂੰ ਵੀ ਸਾਰੇ ਕਨ ਤੋਂ ਉਸ ਹਿਸਾਬ ਹੈ ਵੀ ਬਲਕਿ ਮੈਂ ਵੀ ਕਈ ਦਫਾ ਪਹਿਲਾਂ ਵੀ ਕਿਹਾ ਸੀ ਨਾ ਜਿਹੜੇ ਸਾਡੇ ਵੀ ਐਕਸਟਰੀਮਿਸਟ ਹਨ ਔਰ ਰੋਲਾ ਜਿSearchResult ਪਾਉਂਦੇ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਕਿ ਐ ਤੁਹਾਨੂੰ ਅੱਜ ਆਖਣ ਦਾ ਹੁਣ ਦਿਓ ਇੱਥੇ ਪਾਸਪੋਰਟ ਤੇ ਨਸੋਈ ਥੂ ਤਾ ਤੁਸੀਂ ਭੁੱਲ ਜਾਸੋ ਸਾਰੇ ਵੀ ਇਸਲਾਮ ਹੀ ਕੋਈ ਚੀਜ਼ ਆ ਹੈ ਵਾ ਅੱਲਾ ਮਾਫ ਕਰ ਦਿਆ ਤੇ ਕਿਪਕਾਰ ਗਏ ਲੱਗੇ ਆ ਦਾ ਰੋਟੀਆਂ ਪੇ ਕਮਾਂਦੇ ਹੋ ਸੁਖ ਲੱਭੇ ਇਤਰਾਮ ਨਾਲ ਲਵੋ ਤੇ ਉਥੇ ਜਿਹੜਾ ਖਾਤਾ ਹੈ ਜਿਹੜੇ ਉਥੇ ਵੀ ਕਰ ਦੇਣਾ ਤਾਂ ਮੈਂ ਕਈ ਵਾਰਾ ਨਾ ਉਹਨਾਂ ਨੇ ਵੀ ਅੱਜ ਐਲਾਨ ਕਰ ਦਿੱਤਾ ਜਾਣਾ ਵੀ ਫਰਾਂਸ ਜਾਂ ਅਮਰੀਕਾ ਜਾਂ ਬਰਤਾਨੀਆ ਨੇਸ਼ਨਾਲਟੀਆਂ ਦੇ ਰਿਆ ਹੈ ਜਿਹੜਾ 100 ਬੰਦਾ ਪਹਿਲਾਂ ਲੈਣੇ ਚ ਲੱਗਾ ਤੇ ਮੈਂ ਕਿਹਾ ਉਹ ਆਪਣੇ 10000 ਬੰਦੇ ਨੂੰ ਉਥੇ ਮਾਰ ਦੇਣਗੇ ਇਹ ਸਾਡੀ ਔਕਾਤ ਹੈ ਤੇ ਜਿਹੜਾ ਬਰੀਚ ਆਫ ਇਹਨਾਂ ਨੇ ਕੀਤਾ ਨਾ ਮਹਿਰ ਸਾਹਿਬ ਉਹ ਬਹੁਤ ਵੱਡੀ ਜ਼ਿਆਤੀ ਇਹਨਾਂ ਨੇ ਕੀਤੀ ਹੈ ਜਿਹੜੀ ਚੰਨ ਬਾਅਦ ਯਾਦ ਆ ਉਹ ਆਪਣੇ ਮੂੰਹ ਤੇ ਮਾਰ ਲੈਣੀ ਚਾਹੀਦੀ ਹੈ ਉਹ ਪੀਰਾਂ ਨੂੰ ਮਰਵਾਉਂਦੇ ਨੇ ਉਹਨਾਂ ਦੇ ਮਰੀਦ ਤੇ ਉਹ ਕੁਮਰਾਨਾਂ ਨੂੰ ਮਰਵਾਉਂਦੇ ਨੇ ਔਰ ਕੰਫੀਡੈਂਸ ਕਰਕੇ ਇਹਨਾਂ ਦੇ ਸਿਆਸੀ ਲਟੇਰੇ ਇਹ ਜਿਹੜੇ ਸਿਆਸੀ ਬਟੇਰੇ ਕਹਿ ਲਓ ਜਾਂ ਜਿਹੜੇ ਇਹਨਾਂ ਦੇ مشیر ਹੁੰਦੇ ਨੇ ਤੇ ਵਾਸ ਆਪਣੇ ਅਕਲ ਦੇ ਮੁਤਾਬਕ ਤੇ ਇਹ ਹੀ ਸਮਝ ਹੈ ਜਨਾਬ ਕਿ ਇਹਨਾਂ ਨੂੰ ਜਦੋਂ ਗਵਰਨਮੈਂਟ ਹੈ ਸਾਨੂੰ ਪਤਾ ਹੈ ਪੂਰੀ ਦੁਨੀਆ 'ਚ ਕੰਮ ਹੋ ਹੀ ਨਹੀਂ ਸਕਦਾ ਜਿਹੜੀ ਚੀਜ਼ ਤੁਸੀਂ ਕਰ ਹੀ ਨਾ ਸਕਦੇ ਤੁਹਾਡਾ ਇਤਨਾ ਸਾਹ ਨਹੀਂ ਲੈਣਾ ਹੋ ਸਕਿਆ ਕੋਈ ਕੋਈ ਸ਼ੋਅ ਵਾਲੇ ਦਾ ਹੋਇਆ ਨਾ ਵੀ ਅਸਾਨੂੰ ਕੋਈ ਨਹੀਂ ਮਾਰਦਾ ਫੈਸਲਾ ਸਾਰੇ ਮੁਲਕਾਂ ਦੇ ਪੈਸੇ ਦੇਣੇ ਸਾਡੇ ਨਾਲ ਕੋਈ ਨਹੀਂ ਮੁਖਾਲਫਤ ਕਰਦਾ ਤੇ ਉਹ ਸਾਬ ਹੈ ਸਾਡੀ ਔਕਾਤ ਕੀ ਹੈ ਮੈਰ ਸਾਹਿਬ ਘਰ ਘਰ ਦੀ ਕਹਾਣੀ ਹੈ ਤੁਸੀਂ ਆਪਣੇ ਘਰਾਂ 'ਚ ਲਾ ਤੇ ਲੋਕਾਂ ਦੇ ਦੇਖ ਲਓ ਕਰਾਮੀ ਤੁਹਾਡੇ ਮਾਮਲੇਤ ਨਹੀਂ ਹੈ ਠੀਕ ਤੇ ਤੁਸੀਂ ਬਾਹਰ ਜਿਹੜਾ ਇਤਨਾ ਵੱਡੇ ਇਤਨੀ ਵੱਡੀ ਗੇਮ ਚ ਆ ਕੇ ਸੁਪਰ ਪਾਵਰਾਂ ਨੂੰ ਤੁਸੀਂ ਫੇ ਚੈਲੰਜ ਕਰਦੇ ਹੋ ਕੁਰਾਨ ਵਿੱਚ ਜਦ ਸਿੱਧਾ ਕਲੀਅਰ ਕੱਟ ਲਿਖਿਆ ਕਿ ਦੁਸ਼ਮਣ ਦੇ ਮੁਕਾਬਲੇ ਮੈਂ ਆਪਣੀ ਸਫੈ ਤਿਆਰ ਕਰੋ ਠੀਕ ਹੈ ਉਹ ਜਿਹੜੇ ਚੰਦ ਤੇ ਪਹੁੰਚ ਗਏ ਅਟੋਮਿਕ ਬਣੀ ਹਨ ਪਾਵਰਾਂ ਤੇ ਅਸੀਂ ਲੋਕ ਜਿਹੜੇ ਆ ਉਹ ਵਾਸੀਕ ਦੂਏ ਦਾ ਉਹ ਜਿਹੜਾ ਬਣਾਇਆ ਵੀ ਹੈ ਉਹ ਵੀ ਸਾਡੇ ਕਰਜ਼ੇ ਚ ਅਸੀਂ ਇਤਨਾਕ ਦੱਬੇ ਆ ਕਿ ਜੂ ਹੀ ਕੋਈ ਗੱਲ ਕਰਨੇ ਉਹ ਸਿੱਖਨੇ ਸਾਨੂੰ ਯਕੀਨ ਕਰੋ ਬਚਾ ਕੇ ਰੱਖਿਆ ਹੈ ਨੇ ਤੱਕ ਸਾਨੂੰ ਇਚਰੋਕਣਾ ਜ਼ਮਕਾਰ ਜਾਣ ਤੇ ਮੈਂ ਸਮਝਾਂਗਾ ਇਤਨੀ ਕਾਫੀ ਹੈ ਤੁਹਾਡੇ ਵਾਸਤੇ ਸਾਡੀ ਔਕਾਤ ਹੀ ਕੋ ਨਹੀਂ ਪਾ ਜਾਣ ਸਾਡੀ ਵਰਥ ਹੀ ਕੋ ਨਹੀਂ ਸਾਡੇ ਹਲਾਤ ਹੀ ਕੋ ਨਹੀਂ ਇਹ ਤੁਰਕੀ ਵਾਲਿਆਂ ਅਸੀਂ ਵੀ ਸ਼ੇਅਰ ਕਰਨੇ ਆ ਜਿਉਂ ਜਿਉਂ ਆਉਣੀਆਂ ਰਗੈਰਤਾਂ ਲੀਆਂ ਵੀਡੀਓ ਉਸ ਵਕਤ ਲਾਤ ਕੁਝ ਹੋਰ ਸਣ ਕਰਜ਼ੇ ਚ ਅਸੀਂ ਡੁੱਬੇ ਆ ਜਿਹੜਾ ਮਿਲਿਆ ਸਾਨੂੰ ਲੁਟੇਰਾ ਮਿਲਿਆ ਜਿਨ੍ਹਾਂ ਦੇ ਅਸੀਂ ਨਾਰੇ ਮਾਰਦੇ ਆ ਸਭ ਮੁਫਾਤ ਪ੍ਰਸਤੰਤਰ 13 13 ਪਾਰਟੀਆਂ ਬਦਲ ਕੇ ਤੋ ਬਸ ਜਿੱਥੋਂ ਜਿਹਨੂੰ ਲੱਭਦਾ ਮੈਂ ਜਿਹੜਾ ਉਹ ਆਪਣੇ ਲੋਕਲ ਨੂੰ ਚੱਟਣ ਲੱਗੇ ਆ ਲੋਕਲ ਜਿਹੜਾ ਉਹ ਅਗਲੇ ਨੂੰ ਨੱਚ ਕੇ ਮਨਾਣ ਲੱਗੇ ਆ ਤੇ ਇਹ ਸਾਡੀਆਂ ਔਕਾਤਾਂ ਪਾ ਜਾਣ ਤੇ ਇਸ ਵਾਸਤੇ ਬਸ ਜਿਹੜੀ ਹੈ ਇਸਲਾਮ ਜਿੱਥੇ ਹੈ ਉਹ ਜੋ ਕੁਝ ਹੈ ਸਜ਼ਾਵਾਂ ਇਹ ਜੋ ਹੈ ਉਹ ਬਿਲਕੁਲ ਸੱਚ ਹੈ ਹਦੀਸ ਹੈ ਕੁਰਾਨ ਹੈ ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਲੇਕਿਨ ਉਸ ਨੂੰ ਇੰਪਲੀਮੈਂਟ ਕਰਨੇ ਵਾਸਤੇ ਪਹਿਲਾਂ ਸਾਨੂੰ ਆਪਣੀ ਔਕਾਤ ਆਪਣੀ ਇਕਨੋਮਿਕ ਆਪਣੇ ਸਾਂਝਿਆਤ ਆਪਣੇ ਮਾਮਲਾਤ ਲੀਡਰਸ਼ਿਪ ਆਰ ਮਾਮਲੇ ਸਰ ਜੀ ਜਗਾ ਜਗਾ ਫਸੇ ਆ ਨਾ ਪਾ ਜਾਨ ਟੂਟੀਆਂ ਸਾਡੀਆਂ ਨਾਲ ਓਕੇ ਆ ਤੈਨੂੰ ਆ ਨਾ ਵਾਕੇ ਕਈ ਨਾ ਜ਼ੰਜੀਰਾਂ ਬਧੀਆਂ ਨੇ ਤੇ ਬਸ ਸਾਡੀ ਔਕਾਤ ਕੋ ਨਹੀਂ ਪਾ ਜਾਨ ਅਸੀਂ ਗੱਲਾਂ ਖਾਲੀ ਕਰ ਸਕਨੇ ਆ ਸਾਰੇ ਪ੍ਰੈਕਟੀਕਲ ਕੋ ਨਹੀਂ ਸਭ ਤੋਂ ਵੱਡੀ ਐ ਸਭ ਤੋਂ ਵੱਡੀ ਜਨਾਨੀਆਂ ਸਾਡੀਆਂ ਜਿਹੜੀਆਂ ਉਹ ਆਦਨ ਸੁਰਖੀਆਂ ਲਾ ਕੇ ਬਹੰਦੀਆਂ ਨਿਸ਼ਾਨਦੇ ਲੀਜ਼ਾ ਤੇ ਉੱਥੇ ਤੋਂ ਬੈਕ ਪਰਫਿਊਮਾ ਸਾਡੇ ਉੱਥੇ ਦੇ ਆਉਂਦੇ ਸਾਨੂੰ ਉਹ ਪਸੰਦ ਹਨ ਸਿਰਫ ਸੋਸ਼ਲ ਬਾਈਕਾਟ ਕਰ ਦੇਣ ਔਰ ਕੁਝ ਨਾ ਕਰਨ ਐਲਾ ਜਿਹੜਾ ਇਹਨਾਂ ਦਾ ਆਇਆ ਵਾ ਚੀਜ਼ਾਂ ਦਾ ਪ੍ਰੋਡਕਟ ਇਹ ਕੋਮ ਨਾਮ ਮਾਰ ਸਕਦੀ ਹੈ ਗੋਰਾ ਮਤਲਬ ਹੈ ਇਤਨਾ ਇਹ ਡਰਦਾ ਹੈ ਤਾਂ ਕਾਰੋਬਾਰ ਤਾਂ ਕਦੇ ਕੰਪਰੋਮਾਈਜ਼ ਨਹੀਂ ਕਰਦਾ ਅਸਾਂ ਮੁਸਲਮਾਨਾਂ ਦੀ ਔਕਾਤ ਹੈ ਕਿ ਘਰ ਘਾਰ ਹੈ ਸਾਡੇ ਘਰ ਤੋਂ ਲੈ ਕੇ ਹਰ ਘਰ ਹੈ ਤੁਸੀਂ ਚਲੇ ਜਾਓ ਜੋ ਪ੍ਰੋਡਕਟ ਹੈ ਕਪੜਾ ਜੁੱਤੀ ਹਰ ਸ਼ੈ ਗੱਡੀਆਂ ਤੱਕ ਸਾਡੇ ਕੋਲ ਇਨਾਂ ਦੀਆਂ ਸਮਝ ਲੱਗੀ ਐ ਆਪਣੀ ਗੱਡੀ ਵੀ ਸਾਨੂੰ ਨਹੀਂ ਪਸੰਦ ਆਉਂਦੀ ਤੇ ਫੇਰ ਹੋਣ ਇਨਾਲਿਲ੍ਹਾ ਇਨਾਲੈਹੀ ਰਾਜੀਉਨ ਪੜ ਸਕਣਾ ਪਾ ਜਾਣ ਥੋੜੀ ਨੂੰ ਜ਼ਿਆਦਾ ਸਮਝ ਨਾ ਤੇ ਹੁਣ ਮੇਰਾ ਸਿਰ ਨਾ ਖਾਣਾ